ਹੈਲੋ ਐਂਡ ਵੈਲਕਮ ਟੂ ਅਰੇਸ ਅਕੈਡਮੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਸੈਕਿੰਡ ਡੇ ਟਾਰਗੇਟ ਹੈ। ਕੱਲ੍ਹ ਪਹਿਲਾ ਦਿਨ ਤੁਸੀਂ ਨਹੀਂ ਕੰਪਲੀਟ ਕਰ ਸਕੇ, ਕਾਫੀ ਬੱਚਿਆਂ ਨੇ ਲੇਟ ਵੀਡੀਓ ਦੇਖੀ ਆ, ਅਤੇ ਕੋਈ ਚੱਕਰ ਨਹੀਂ, ਕਾਫੀਆਂ ਤੋਂ ਪੂਰਾ ਨਹੀਂ ਹੋਇਆ। ਤਾਂ ਸੈਕਿੰਡ ਡੇ ਟਾਰਗੇਟ ਹੈ, ਉਹੀ ਆਪਾਂ 9 ਦਿਨ ਅਤੇ 9 ਘੰਟੇ ਦੀ ਜਿਹੜੀ ਗੱਲ ਕਰ ਰਹੇ ਹਾਂ। ਸੋ ਟੈਲੀਗ੍ਰਾਮ ਤੁਸੀਂ ਗਰੁੱਪ ਜੁਆਇਨ ਕਰਨਾ, ਕਿ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਅਤੇ ਫਿਰ ਉਸ ਤੋਂ ਬਾਅਦ ਰਾਤ ਨੂੰ ਜਾਂ ਸ਼ਾਮ ਤੱਕ ਟੈਸਟ ਆ ਜੂਗਾ ਸੈਕਿੰਡ ਡੇ ਦਾ। ਕੱਲ੍ਹ ਮੈਂ ਟੈਸਟ ਪਾਇਆ ਸੀਗਾ, ਤਾਂ ਟੈਸਟ ਵੀ ਉਸ 'ਚੋਂ ਹੀ ਹੋਊਗਾ ਜਿਹੜਾ ਮੈਂ ਤੁਹਾਨੂੰ ਯਾਨੀ ਕਿ ਕਰਨ ਨੂੰ ਕਿਹਾ ਹੋਊਗਾ। ਠੀਕ ਹੈ, 15 ਕੱਲ੍ਹ ਕੁਸ਼ਚਨ ਸੀਗੇ, ਅੱਜ 25 ਕੁਸ਼ਚਨ ਹੋਣਗੇ। ਇਸੇ ਤਰ੍ਹਾਂ ਫਿਰ ਕੱਲ੍ਹ ਨੂੰ 30 ਕੁਸ਼ਚਨ ਵਧਾਉਂਦਾ ਮੈਂ ਜਾਊਂਗਾ। ਸੋ ਫਿਰ ਆਪਾਂ 9 ਦਿਨਾਂ ਬਾਅਦ ਐਨਾਲਿਸਿਸ ਕਰਾਂਗੇ ਵੀ ਆਪਾਂ ਕਿੰਨਾ ਕੁਛ ਪੜ੍ਹ ਲਿਆ, ਫਿਰ ਉਹਦਾ ਓਵਰਆਲ ਟੈਸਟ ਹੋਊਗਾ। ਸੋ ਪਲੀਜ਼ ਇਸ ਗਰੁੱਪ ਨੂੰ ਜੁਆਇਨ ਜ਼ਰੂਰ ਕਰੋ, ਕਿਉਂਕਿ ਬਹੁਤ ਵਧੀਆ ਢੰਗ ਦੇ ਨਾਲ ਆਪਾਂ ਦੇਖਣਾ ਕਿ ਇਹਦੇ ਵਿੱਚ ਆਪਾਂ ਕੀ, ਕਿਉਂਕਿ ਪਹਿਲੀ ਵਾਰ ਸਟਾਰਟ ਕੀਤਾ ਮੈਂ, ਇਹ ਤਾਂ 9 ਦਿਨਾਂ ਦਾ ਹੀ ਹੈ। ਆਪਾਂ ਦੇਖਾਂਗੇ ਕੀ ਕਮੀ ਹੈ, ਕਿੰਨਾ ਤੁਸੀਂ ਪੂਰਾ ਕਰ ਸਕੇ ਹੋ। ਉਸ ਤੋਂ ਬਾਅਦ ਆਪਾਂ ਟਾਰਗੇਟ ਇੱਕ ਹੋਰ ਬਣਾਵਾਂਗੇ। ਜੇਕਰ ਟਾਰਗੇਟ ਨਾਲ ਪੜ੍ਹਦੇ ਜਾਓਗੇ ਤਾਂ ਕੁਛ ਨਾ ਕੁਛ ਤਾਂ ਕੰਪਲੀਟ ਹੋਊਗਾ ਹੀ। ਠੀਕ ਹੈ, ਸੋ ਇਹ ਸੈਕਿੰਡ ਡੇ ਟਾਰਗੇਟ ਹੈ, ਜਿਹਦੇ ਵਿੱਚ ਆਪਾਂ ਕੱਲ੍ਹ ਤਾਂ ਮੈਥ ਦੇ ਵਿੱਚ ਕੁਛ ਹੋਰ ਕੀਤਾ ਸੀ, ਕੰਪਲੀਟ ਹੋ ਗਿਆ ਨਹੀਂ ਹੋ ਗਿਆ ਉਹ ਉੱਥੇ ਹੀ ਛੱਡ ਦਿਓ, ਕੋਈ ਚੱਕਰ ਨਹੀਂ। ਠੀਕ ਹੈ, ਆਪਾਂ ਉਹ 9 ਦਿਨਾਂ ਬਾਅਦ ਦੇਖਾਂਗੇ। ਬਟ ਤੁਸੀਂ ਅੱਜ ਮੈਥ ਕੰਪਲੀਟ ਕਰਨਾ ਗਾ, ਜਿਹਦੇ ਵਿੱਚ ਟਾਈਮ ਐਂਡ ਵਰਕ ਹੋ ਗਏ, 50 ਕੁਸ਼ਚਨ ਕਰਨੇ ਆ, ਜਾਂ ਜੇਕਰ 50 ਕੁਸ਼ਚਨ ਤੋਂ ਘੱਟ ਹੈ ਕੰਪਲੀਟ ਹੋ ਰਿਹਾ ਤਾਂ ਕੰਪਲੀਟ ਹੀ ਕਰ ਦਿਉ। ਐਵਰੇਜ ਹੋ ਗਿਆ, ਐਵਰੇਜ ਦੇ 50 ਕੁਸ਼ਚਨ ਕਰਨਾ, ਤਾਂ ਟਾਈਮ ਐਂਡ ਵਰਕ ਐਂਡ ਐਵਰੇਜ। ਠੀਕ ਹੈ, ਸੋ ਇਹ ਮੈਥ ਦਾ ਕੰਮ ਹੋ ਗਿਆ। ਇਸ ਤੋਂ ਬਾਅਦ ਇੰਗਲਿਸ਼ ਦੀ ਗੱਲ ਕਰੀਏ ਤਾਂ ਕੱਲ੍ਹ ਆਪਾਂ ਪੀ ਵਰਡ ਕੀਤਾ ਸੀਗਾ, ਅੱਜ ਐਂਡ ਕਿਊ ਅਤੇ ਆਰ ਕੰਪਲੀਟ ਕਰ ਦਿਉ। ਪੀ ਜੇਕਰ ਨਹੀਂ ਕੰਪਲੀਟ ਹੋਇਆ ਤਾਂ ਉਹਨੂੰ ਛੱਡ ਦਿਉ, ਕੋਈ ਚੱਕਰ ਨਹੀਂ, ਜਿੱਥੇ ਛੱਡਿਆ ਗਿਆ ਛੱਡ ਦਿਉ। ਕਿਊ ਐਂਡ ਆਰ ਕੰਪਲੀਟ ਕਰਨਾ ਗਾ, ਈਡੀਅਮ ਫਰੇਜ਼ ਆ। ਕੱਲ੍ਹ ਪਹਿਲੇ 30 ਕੀਤੇ ਸੀ ਅਤੇ ਅੱਜ 30 ਤੋਂ ਲੈ ਕੇ 60 ਤੱਕ ਈਡੀਅਮ ਫਰੇਜ਼ ਕੰਪਲੀਟ ਕਰਨੇ ਆ, ਅਤੇ ਬਹੁਤ ਵਧੀਆ ਢੰਗ ਦੇ ਨਾਲ ਕੰਪਲੀਟ ਕਰਿਆ ਕਰੋ ਜਿੰਨੇ ਵੀ ਕਰਦੇ ਹੋ। ਜੇਕਰ 60 ਨਹੀਂ ਹੋ ਰਹੇ ਤਾਂ 50 ਤੱਕ ਹੋ ਰਿਹਾ, ਤਾਂ ਘੱਟੋ ਘੱਟ ਐਵੇਂ ਹੋਵੇ ਕਿ 50 ਤੱਕ ਤੁਹਾਡੇ ਯਾਦ ਨੇ। ਠੀਕ ਹੈ ਨਾ, ਇਹ ਨਾ ਤੁਸੀਂ ਕਰਿਓ ਕਿ ਵੀ ਕਰ ਲਏ ਬਟ ਆਪਣੇ 9ਵੇਂ ਦਿਨ ਤੋਂ ਬਾਅਦ ਆਪਾਂ ਦੇਖਾਂਗੇ ਕਿ ਆਪਣੇ ਯਾਦ ਕੋਈ ਵੀ ਨਹੀਂ। ਠੀਕ ਹੈ ਨਾ, ਤੋ ਯਾਦ ਕਰਨ ਦੀ ਕੋਸ਼ਿਸ਼ ਕਰਨੇ, ਘੱਟ ਕਰੋ ਆਪਣੇ ਕਪੈਸਿਟੀ ਮੁਤਾਬਕ ਕਰੋ। ਇਹ ਮੈਂ ਟਾਰਗੇਟ ਉਹਨਾਂ ਦਿੱਤਾ ਵੀ ਜੇ ਇੰਨਾ ਤੁਸੀਂ ਕਰਨ ਦੀ ਕੋਸ਼ਿਸ਼ ਕਰਨੀ ਆ, ਜੇ ਇੰਨਾ ਹੋ ਗਿਆ ਤਾਂ ਬਹੁਤ ਵਧੀਆ, ਨਹੀਂ ਜਿੰਨਾ ਹੋ ਰਿਹਾ ਹੈਗਾ ਉਹਨੂੰ ਤੁਸੀਂ ਇੱਕ ਤਰ੍ਹਾਂ ਨਾਲ ਵਧੀਆ ਢੰਗ ਨਾਲ ਕਰਨਾ ਕਿ ਯਾਦ ਰਹੇ ਇੰਗਲਿਸ਼ ਦਾ। ਠੀਕ ਹੈ, ਇਸ ਤੋਂ ਬਾਅਦ ਜਨਰਲ ਨੌਲੇਜ ਆ ਗਿਆ। ਅੱਜ ਆਪਾਂ ਕਰਾਂਗੇ ਪ੍ਰਾਈਮ ਮਿਨਿਸਟਰ, ਲੋਕ ਸਭਾ, ਰਾਜਾ ਸਭਾ, ਇਹਨਾਂ 'ਤੇ ਹੀ MCQ ਸ਼ਾਮ ਨੂੰ ਆਉਣਗੇ। ਠੀਕ ਹੈ, ਅੱਜ ਕੁਸ਼ਚਨ ਜ਼ਿਆਦਾ ਵੀ ਪਾਊਂਗਾ ਮੈਂ। ਤੋ ਕਰੰਟ ਅਫੇਅਰਸ ਹੋ ਗਏ 1 ਤੋਂ ਲੈ ਕੇ 20 ਜਨਵਰੀ, 15 ਜਨਵਰੀ ਤਾਂ ਕੱਲ੍ਹ ਮੈਂ ਕਹੇ ਸੀਗੇ, ਉਹਨਾਂ ਨੂੰ ਵੀ ਵਿੱਚ ਹੀ ਲੈ ਲਿਓ। ਜੇਕਰ ਨਹੀਂ ਹੋਏ ਤਾਂ ਦੁਬਾਰਾ ਕਰ ਲਿਓ, ਕਿਉਂਕਿ ਕਰੰਟ ਅਫੇਅਰ ਥੋੜ੍ਹਾ ਜਿਹਾ ਵੱਡਾ ਟਾਸਕ ਹੋ ਜਾਂਦਾ ਹੈਗਾ। ਠੀਕ ਹੈ, ਸੋ 1 ਤੋਂ ਲੈ ਕੇ 20 ਜਨਵਰੀ ਤੱਕ ਅੱਜ ਕਰ ਲਿਓ। ਪੰਜਾਬ GK ਕੁਸ਼ਚਨ, ਇਹ GK ਕੁਸ਼ਚਨ ਉਹ ਹੈ ਜਿਹੜੇ ਮੈਂ ਕਰਵਾਊਂਗਾ। ਠੀਕ ਹੈ, ਪੰਜਾਬ GK ਕੁਸ਼ਚਨ ਅੱਜ ਮੈਂ ਕੁਛ ਲੈ ਕੇ ਆਊਂਗਾ, 20-25 ਕੁਸ਼ਚਨ ਜਾਂ ਕੋਈ ਜ਼ਿਆਦਾ ਨਹੀਂ ਹੈਗੇ। ਉਹ ਵੀਡੀਓ ਤੁਸੀਂ ਦੇਖਿਓ ਜ਼ਰੂਰ, ਕਿਉਂਕਿ ਉਹ MCQ ਕਾਫੀ ਵਧੀਆ ਹੈਗੇ। ਬਾਕੀ ਪੰਜਾਬ GK ਦੇ MCQ ਮੈਂ ਹੋਰ ਵੀ ਲੈ ਕੇ ਆਊਂਗਾ ਬਹੁਤ ਵਧੀਆ ਢੰਗ ਦੇ ਨਾਲ, ਰਾਈਟ। ਸੋ ਇਹ ਤੁਸੀਂ ਕਰਨਾ ਗਾ ਜਨਰਲ ਨੌਲੇਜ ਦਾ। ਇਸ ਤੋਂ ਬਾਅਦ ਆ ਗਿਆ ਫੁੱਲ ਪੇਪਰ। ਫੁੱਲ ਪੇਪਰ ਆ ਜਿਹੜਾ, ਉਹ ਤੁਸੀਂ ਉਵੇਂ ਹੀ ਕਿ ਆਪਣੇ ਅਵੈਲਿਊਏਟਸ, ਹੁਣ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿੰਨੇ ਵੀ ਮੈਂ ਤੁਹਾਨੂੰ ਟਾਰਗੇਟ ਦੱਸ ਦਾਂਗਾ ਆਹ ਜਿਹੜੇ ਹੈ ਨਾ, ਉਹਨਾਂ ਟਾਰਗੇਟਾਂ ਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਟਾਰਗੇਟ ਇਹ ਆ ਫੁੱਲ ਪੇਪਰ। ਕਿਤੇ ਇਹਨੂੰ ਇਗਨੋਰ ਨਾ ਕਰ ਦਿਓ ਕਿ ਸਰ ਅਸੀਂ ਬਾਕੀ ਸਬਜੈਕਟ ਤਾਂ ਪੜ੍ਹ ਲਾਂਗੇ ਬਟ ਫੁੱਲ ਪੇਪਰ ਨਹੀਂ ਕਰਨਾ। ਫੁੱਲ ਪੇਪਰ ਤਾਂ ਤੁਸੀਂ ਐਂ ਕਹਿ ਲਓ ਵੀ ਭਾਵੇਂ ਟਾਰਗੇਟ ਦੂਸਰਾ ਪੂਰਾ ਹੋਵੇ ਨਾ ਹੋਵੇ, ਪਰ ਫੁੱਲ ਪੇਪਰ ਵਾਲਾ ਟਾਰਗੇਟ ਕਦੇ ਨਹੀਂ ਛੱਡਣਾ, ਕਿਉਂਕਿ ਪੇਪਰ ਤੁਸੀਂ ਡੇਲੀ ਦੇਣਾ ਹੀ ਦੇਣਾ ਗਾ। ਇਹ ਸਭ ਤੋਂ ਇੰਪੋਰਟੈਂਟ ਆ। ਇਹਦੇ ਵਿੱਚ ਤੁਸੀਂ ਅਵੈਲਿਊਏਟ ਆਪਣੇ ਮਾਰਕਸ ਕਰਨੇ ਆ, ਫਿਰ ਅਨੈਲਿਸਿਸ ਕਰਨਾ ਗਾ ਅਤੇ ਰਿਵੀਜ਼ਨ ਕਰਨੀ ਹੈ ਕੱਲ੍ਹ ਵਾਲੇ ਪੇਪਰ ਦੀ। ਇਹ ਪੇਪਰ ਕਰਨ ਤੋਂ ਪਹਿਲਾਂ ਤੁਸੀਂ ਕੱਲ੍ਹ ਵਾਲੇ ਪੇਪਰ ਦੀ ਰਿਵੀਜ਼ਨ ਕਰਿਓ, ਕਿਉਂਕਿ ਕੱਲ੍ਹ ਜਿਹੜੇ ਕੁਸ਼ਚਨ ਗਲਤ ਹੋਏ ਸੀ ਉਹ ਜੀ ਅੱਜ ਪੇਪਰ 'ਚ ਆ ਗਏ ਤਾਂ ਗਲਤ ਨਹੀਂ ਹੋਣੇ ਚਾਹੀਦੇ। ਇਹ ਬਹੁਤ ਵਧੀਆ ਟਾਸਕ ਹੈ, ਬਹੁਤ ਬਹੁਤ ਫਾਇਦਾ ਦਊਗਾ, ਤੁਹਾਨੂੰ ਪਹਿਲਾਂ ਦੱਸ ਦਿੰਦਾ। ਸੋ ਪਲੀਜ਼ ਫੁੱਲ ਪੇਪਰ ਜ਼ਰੂਰ ਕਰਨਾ ਗਾ। ਅਤੇ ਜੇ ਕੱਲ੍ਹ ਤੁਸੀਂ ਕੀਤਾ ਸੀਗਾ ਤਾਂ ਉਹਦੇ ਵਿੱਚ ਜਿਹੜੇ ਜਿਹੜੇ ਕੁਸ਼ਚਨ ਗਲਤ ਹੋਏ ਸੀ ਪਹਿਲਾਂ ਉਹਨੂੰ ਰਿਵਾਈਜ਼ ਕਰਨਾ, ਫਿਰ ਦੂਸਰਾ ਪੇਪਰ ਸਟਾਰਟ ਕਰਨਾ ਗਾ। ਠੀਕ ਹੈ, ਤਾਂ ਕਿ ਕੱਲ੍ਹ ਵਾਲਾ ਕੁਛ ਵੀ ਜੇ ਆਵੇ ਤਾਂ ਉਹ ਗਲਤ ਨਾ ਹੋਵੇ। ਅਤੇ ਕਦੇ ਵੀ ਗਲਤ ਨਹੀਂ ਹੋਣਾ ਚਾਹੀਦਾ, ਜਿਹੜਾ ਇੱਕ ਵਾਰੀ ਗਲਤ ਹੋ ਗਿਆ ਉਹ ਬਸ ਹੋ ਗਿਆ, ਉਸ ਤੋਂ ਬਾਅਦ ਗਲਤ ਨਹੀਂ ਹੋਣਾ ਚਾਹੀਦਾ, ਕਿਤੇ ਵੀ ਆ ਜਾਇਓ। ਠੀਕ ਹੈ, ਫਿਰ ਕੰਪਿਊਟਰ ਆ ਗਿਆ। ਕੰਪਿਊਟਰ ਦੇ ਵਿੱਚ MS ਪਾਵਰ ਪੁਆਇੰਟ, ਕੋਈ ਵੀ ਜਹਾਨ ਦੀ ਬੁੱਕ ਪਈ ਆ ਤੁਹਾਡੇ ਕੋਲ, MS ਪਾਵਰ ਪੁਆਇੰਟ ਉਹਦੀ ਸ਼ਾਰਟਕੱਟ ਕੀਜ਼ ਆ, ਇਹਦੇ ਬਾਰੇ ਪੜ੍ਹਨਾ ਜ਼ਰੂਰ ਆ, ਕਿਉਂਕਿ ਇਹਦੇ MCQ ਪੱਕਾ ਤੁਹਾਨੂੰ ਦੇਖਣ ਨੂੰ ਮਿਲਣਗੇ ਕਿਸੇ ਨਾ ਕਿਸੇ ਪੇਪਰ ਦੇ ਵਿੱਚ। ਬਾਕੀ MS ਪਾਵਰ ਪੁਆਇੰਟ ਦੇ ਮੈਂ ਸ਼ਾਰਟਕੱਟ ਕੀਜ਼ ਲੱਭ ਦਾਂਗਾ, ਜੇਕਰ ਲੈਸਨ ਕੋਈ ਬਣਦਾ ਹੋਇਆ ਤਾਂ ਮੈਂ ਬਣਾਊਂਗਾ ਜ਼ਰੂਰ। ਠੀਕ ਹੈ, ਸੋ MS ਪਾਵਰ ਪੁਆਇੰਟ ਕੰਪਲੀਟ ਕਰਨਾ ਗਾ। ਕਿਤੋਂ ਵੀ ਕੰਪਲੀਟ ਕਰੋ, ਚਾਹੇ ਲੂਸੈਂਟ ਦੇ, ਚਾਹੇ ਅਰਿਹੰਤ ਦੀ ਹੈ, ਚਾਹੇ ਤੁਹਾਡੇ ਕੋਲ ਕੋਈ ਯੂਟਿਊਬ ਦੀ ਵੀਡੀਓ ਪਈ ਆ, ਚਾਹੇ ਕੋਈ PDF ਪਈ ਆ, ਜਿੱਥੋਂ ਵੀ ਕਰੋ। ਜੇਕਰ ਕੋਈ PDF ਵਗੈਰਾ ਪਈ ਆ ਤਾਂ ਗਰੁੱਪ ਆ ਜਿਹੜਾ ਟੈਲੀਗ੍ਰਾਮ ਦਾ ਉੱਥੇ ਸ਼ੇਅਰ ਕਰ ਦਿਓ, ਤਾਂ ਕਿ ਬਾਕੀ ਵੀ ਪੜ੍ਹ ਲੈਣ। ਠੀਕ ਹੈ, ਸੋ MS ਪਾਵਰ ਪੁਆਇੰਟ ਕੰਪਲੀਟ ਤੁਸੀਂ ਇਹ ਕਰਨਾ ਹੈ। ਤੋ ਬਾਕੀ ਅਪਡੇਟਸ ਵਗੈਰਾ ਲੈਣ ਲਈ ਤੁਹਾਨੂੰ ਪਤਾ ਹੀ ਆ ਕਿ ਰੇਸ ਅਕੈਡਮੀ ਅਫੀਸ਼ੀਅਲ ਨੂੰ ਸਬਸਕ੍ਰਾਈਬ ਕਰੋ, ਅਤੇ ਬਾਕੀ ਹੋਰ ਨਵੀਂ ਨਵੀਂ ਵੀਡੀਓਜ਼ ਲੈਣ ਵਾਸਤੇ ਇਸ ਚੈਨਲ ਨੂੰ ਹੀ ਸਬਸਕ੍ਰਾਈਬ, ਅਤੇ ਪੰਜਾਬ PCS ਦਾ ਚੈਨਲ ਵੀ ਸਬਸਕ੍ਰਾਈਬ ਕਰ ਲਓ, ਹਾਲਾਂਕਿ ਉਹ ਸਕਿੱਪ